ਤੇਕਦਾ ਹੈ ਜੋ ਅਸੀਂ ਪਾਗ ਦੀ ਸ਼ੁਰੂਆਤ ਕਰਾਂਗੇ ਅੱਜ ਦੇ ਇਸ ਵੀਡੀਓ ਵਿੱਚ ਤੁਹਾਨੂੰ ਦੱਸਾਂਗੇ ਕਿ ਜਿਹੜੇ ਵੀਰਾਂ ਨੂੰ ਦਿੱਕਤ ਆਉਂਦੀ ਹੈ ਕਿ ਸੱਜੀ ਸਾਈਡ ਤੋਂ ਉਹਨਾਂ ਦੀ ਜਿਹੜੀ ਪਾਗ ਹੈ ਉੱਪਰ ਨੂੰ ਜਲ ਜਾਂਦੀ ਹੈ ਤੇ ਬੱਟਾਂ ਵਾਲੀ ਸਾਈਡ ਹੈ ਜਿਹੜੀ ਉਹ ਨਹੀਂ ਵੀ ਰਹਿ ਜਾਂਦੀ ਹੈ ਉਹ ਜਿਹੜੀ ਪ੍ਰੋਬਲਮ ਹੈ ਉਸ ਨੂੰ ਕਿਵੇਂ ਦੂਰ ਕਰਨਾ ਹੈ ਵੀਡੀਓ ਦੇ ਵਿੱਚ ਪੂਰੀ ਡਿਟੇਲ ਦੇ ਨਾਲ ਇਸ ਸਮੱਸਿਆ ਦਾ ਜੋ ਹੈ ਸੀ ਸਮਾਧਾਨ ਕੀਤਾ ਹੈ ਸੋ ਵੀਡੀਓ ਨੂੰ ਸਕਿਪ ਨਾ ਕਰਨਾ ਅਖੀਰ ਤੱਕ ਦੇਖਣਾ ਜਿਹੜੇ ਵੀਰਾਂ ਨੂੰ ਇਹ ਦਿੱਕਤ ਆਉਂਦੀ ਹੈ ਮੈਂ ਉਮੀਦ ਕਰਾਂਗਾ ਇਹ ਵੀਡੀਓ ਦੇਖਣ ਦੇ ਬਾਅਦ ਜਿਹੜੀ ਉਹਨਾਂ ਦੀ ਦਿੱਕਤ ਹੈ ਉਹ ਦੂਰ ਹੋ ਜਾਏਗੀ ਹਾਂ ਦੇਖੋ ਜੀ ਪਹਿਲਾ ਪੱਲਾ ਪਹਿਲੇ ਪਹਿਲੇ ਦੇ ਵਿੱਚ ਕਪੜਾ ਘੱਟ ਹੋਣ ਦੇ ਕਾਰਨ ਜਿਹੜਾ ਵਟ ਹੈ ਇਸ ਤਰੀਕੇ ਦੇ ਨਾਲ ਪਿੰਚ ਕਰਕੇ ਥੱਲੇ ਨੂੰ ਖਿੱਚਦੇ ਜਾਇਆ ਕਰੋ ਇਸ ਦੇ ਨਾਲ ਜਿਹੜੇ ਤੁਹਾਡੇ ਵਟ ਹੈ ਉਹ ਪੈਂਦੇ ਜਾਣਗੇ ਹੁਣ ਨਾਲ ਦੀ ਨਾਲ ਮੈਂ ਤੁਹਾਨੂੰ ਇਹ ਦੱਸਣਾ ਚਾਹਵਾਂਗਾ ਕਿ ਜਿਹੜਾ ਬੇਸ ਹੈ ਉਹ ਸਿਰਫ ਜੋਇ ਇੱਕ ਛੋਟੀ ਕੇਸਕੀ ਦਾ ਬੇਸ ਬਣਿਆ ਗਿਆ ਹੈ ਜਿਸ ਦਾ ਸਾਈਜ਼ 0.80 ਮੀਟਰ ਹੈ ਜਾਨਕੀ ਇੱਕ ਤਰੀਕਾ ਗਾਲੀ ਕੀ ਪੌਣੇ ਮੀਟਰ ਦੀ ਜਿਹੜੀ ਹੈ ਉਹ ਕੇਸਕੀ ਹੈ ਸਿਰਫ ਬੇਸ ਦੇ ਤੌਰ ਤੇ ਬਣੀ ਗਈ ਕੋਈ ਐਕਸਟਰਾ ਕਪੜਾ ਬੇਸ ਵਾਸਤੇ ਅਸੀਂ ਐਡ ਨਹੀਂ ਕੀਤਾ ਦੇਖ ਸਕਦੇ ਹੋ ਵੀਡੀਓ ਦੇ ਵਿੱਚ ਉਹ ਦੇਖੋ ਜੀ ਏਡੀ ਪਾਗਿਆ ਪ੍ਰੋਪਰਲੀ ਪਟਿਆਲਾ ਸ਼ੇਪ ਦੇ ਵਿੱਚ ਨਹੀਂ ਬੰਨੀ ਜਾ ਰਹੀ ਜਿਹੜੀ ਇਹ ਥੋੜੀ ਸੈਮੀ ਪਟਿਆਲਾ ਸ਼ਾਈ ਸ਼ੇਪ ਦੇ ਵਿੱਚ ਬੰਨਾਂਗੇ ਤਾਂ ਜੋ ਜਿਹੜੀ ਇਹ ਸੱਜੀ ਸਾਈਡ ਤੋਂ ਵੀ ਪ੍ਰੋਪਰਲੀ ਸ਼ੇਪ ਦੇ ਵਿੱਚ ਆਵੇ ਤੇ ਖੱਬੀ ਸਾਈਡ ਤੋਂ ਜਿਹੜੀ ਪ੍ਰੋਪਰਲੀ ਸ਼ੇਪ ਦੇ ਵਿੱਚ ਆਵੇ ਪਿੰਚ ਜਿਹੜਾ ਇਸ ਤਰੀਕੇ ਨਾਲ ਲਗਾਉਣਾ ਹੈ ਜਿਹੜੇ ਵੀ ਇਹਨਾਂ ਨੂੰ ਪਿੰਚ ਲਗਾਉਣਾ ਨਹੀਂ ਹੁੰਦਾ ਉਸ ਦਾ ਲਿੰਕ ਡਿਸਕ੍ਰਿਪਸ਼ਨ ਦੇ ਵਿੱਚ ਮਿਲ ਜੇਗਾ ਤੁਹਾਨੂੰ ਕੁਝ ਅਹਿਮ ਵੀਡੀਓ ਦਾ ਲਿੰਕ ਜੋ ਹੈ ਆਈ ਬਟਨ ਦੇ ਵਿੱਚ ਵੀ ਮੈਂ ਤੁਹਾਨੂੰ ਦੇ ਦੇਵਾਂਗਾ ਉਹ ਜਿਹੜੀਆਂ ਵੀਡੀਓ ਤੁਹਾਡੇ ਲਈ ਕਾਰਗਰ ਸਾਬਤ ਹੋਣਗੀਆਂ ਤੇ ਡਿਸਕ੍ਰਿਪਸ਼ਨ ਦੇ ਵਿੱਚ ਵੀ ਜਿਹੜਾ ਤੁਹਾਨੂੰ ਪੱਗ ਦੀ ਪੂਣੀ ਦਾ ਲ ਪਾਗ ਦਾ ਕੱਪੜਾ ਰੂਬੀਆ ਵੈਲ ਹੈ ਤੇ ਪਾਗ ਦੀ ਲੰਬਾਈ 7.5 ਮੀਟਰ ਹੈ ਹੁਣ ਦੇਖੋ ਪਹਿਲਾ ਤੇ ਦੂਸਰਾ ਪੱਲਾ ਇਸ ਦੇ ਵਿੱਚ ਜਿਹੜਾ ਗੈਪ ਹੈ ਤੁਹਾਡਾ ਉਹ 1 ਉਂਗਲ ਦਾ ਗੈਪ ਹੋਣਾ ਚਾਹੀਦਾ ਹੈ ਦੇਖੋ ਜੀ ਜਿਹੜੇ ਥੱਲੇ ਵਾਲੀ ਸਾਈਡ ਪੱਲੇ ਦੀ ਦਿਖਾਈ ਦੇ ਰਹੀ ਤੁਹਾਨੂੰ ਇਹ ਵਾਲੀ ਜਗ੍ਹਾ ਤੋਂ 1 ਉਂਗਲ ਦਾ ਗੈਪ ਇਸ ਤਰੀਕੇ ਨਾਲ ਮੈਜ਼ਰ ਕਰ ਸਕਦੇ ਹੋ ਸਿਰਫ 1 ਉਂਗਲ ਦਾ ਗੈਪ ਤੁਸੀਂ ਰੱਖਦੇ ਆ ਪੱਲੇ ਨੂੰ ਲਗਾਉਣਾ ਹੈ ਜਿਹੜੇ ਵੀਰ ਪੰਜ ਪੱਲਿਆਂ ਵਾਲੀ ਪਾਗ ਉਪਾਉਂਦੇ ਨੇ ਉਹਨਾਂ ਨੇ ਵੀ ਜੋ ਕਰਨਾ ਹੈ ਕਿ ਪਹਿਲਾ ਤੇ ਦੂਸਰਾ ਪੱਲਾ ਉਸ ਦੇ ਵਿੱਚ ਜਿਹੜਾ ਗੈਪ ਹੈ ਇੱਕ ਉਂਗਲ ਦਾ ਲਗਾਉਣਾ ਹੈ ਤੇ ਨਾਲ ਦੀ ਨਾਲ ਹੀ ਜਿਹੜੇ ਵਟਟੇ ਆ ਫਰੋਲ ਕੇ ਰੱਖਦੇ ਜਾਣੇ ਨੇ ਵਟਟਣ ਜੋ ਸੰਗਣਿਆ ਅਖੀਰ ਤੇ ਕਰਨਾ ਹੈ ਡੈਫੀਨੇਸ਼ਨ ਜਿਹੜੀ ਆ ਅਖੀਰ ਤੇ ਡਿਟੇਲ ਦੇਣੀ ਆਪਾਂ ਵਟਟਾਂ ਨੂੰ ਅਜੇ ਸਿਰਫ ਜੋ ਹੈ ਟੈਂਪਰੇਰੀ ਵਟਟੀ ਪਾਉਣੇ ਨੇ ਹੁਣ ਦੇਖੋ ਦੂਸਰਾ ਪੱਲਾ ਜਿਹੜੇ ਵੀਰਾਂ ਨੂੰ ਦਿੱਕਤ ਆਉਂਦੀ ਹੈ ਕਿ ਸੱਜੀ ਸਾਈਡ ਤੋਂ ਜਿਹੜੀ ਉਹਨਾਂ ਦੀ ਪਾਗ ਉੱਪਰ ਨੂੰ ਚੁੱਕੀ ਜਾਂਦੀ ਹੈ ਵਟਾਂ ਵਾਲੀ ਪਾਗ ਜਿਹੜੀ ਹੈ ਜਿਹੜੀ ਸੱਜੀ ਸਾਈਡ ਹੁੰਦੀ ਹੈ ਆਪਣਾ ਵਟਾਂ ਤੋਂ ਬਗੈਰ ਵਾਲੀ ਉਹ ਵਾਲੀ ਸਾਈਡ ਜਿਹੜੀ ਪਗ ਚੁੱਕੀ ਜਾਂਦੀ ਹੈ ਉਹ ਕਿਉਂ ਚੁੱਕੀ ਜਾਂਦੀ ਹੈ ਕਿਉਂਕਿ ਜਿਹੜਾ ਉੱਪਰਲੀ ਸਾਈਡ ਤੋਂ ਜਿਹੜਾ ਗੈਪ ਮੇਨਟੇਨ ਕਰਨਾ ਹੁੰਦਾ ਹੈ ਦੇਖੋ ਜੀ ਇਸ ਤਰੀਕੇ ਦੇ ਨਾਲ ਅਸੀਂ ਜੋ ਹੈ ਇੱਕ ਉਂਗਲ ਦਾ ਗੈਪ ਮੇਨਟੇਨ ਕੀਤਾ ਹੈ ਤੇ ਜਿਹੜੇ ਵੀਰ ਹੈ ਉਹ ਗੈਪ ਜਿਹੜਾ ਮੇਨਟੇਨ ਨਹੀਂ ਕਰਦੇ ਸੋ ਜੇ ਤੇ ਤੁਸੀਂ ਇੱਕ ਉਂਗਲ ਦਾ ਗੈਪ ਮੇਨਟੇਨ ਕਰੋਗੇ ਜਾਂ ਦੋ ਉਂਗਲ ਦਾ ਗੈਪ ਮੈਂਟੇਨ ਕਰੋਗੇ ਤਾਂ ਤੁਹਾਡੀ ਜਿਹੜੀ ਪੱਗ ਦੀ ਸ਼ੇਪ ਹੈ ਉਸੇ ਹੀ ਆਏਗੀ ਵਟਾਲੀ ਸਾਈਡ ਤੋਂ ਤੇ ਦੂਸਰੀ ਸਾਈਡ ਤੋਂ ਵੀ ਤੇ ਜੇ ਨਹੀਂ ਰੱਖੋਗੇ ਤਾਂ ਜਿਹੜੀ ਤੁਹਾਡੀ ਪੱਗ ਹੈ ਉੱਪਰ ਨੂੰ ਹੀ ਚੁੱਕੀ ਜਾਏਗੀ ਹੁਣ ਦੇਖੋ ਪਹਿਲਾ ਪਹਿਲੇ ਤੇ ਦੂਸਰੇ ਪੱਲੇ ਦੇ ਵਿੱਚ ਇੱਕ ਉਂਗਲ ਦਾ ਗੈਪ ਸੀ ਹੁਣ ਇਹ ਵਾਲੇ ਪੱਲੇ ਦੇ ਵਿੱਚ ਡੇਢ ਉਂਗਲ ਦਾ ਗੈਪ ਰੱਖਣਾ ਹੈ ਇਸ ਤਰੀਕੇ ਦੇ ਨਾਲ ਮੈਜ਼ਰ ਕਰਨਾ ਹੈ ਇੱਕ ਉਂਗਲ ਪੂਰੀ ਦਿਖਾਈ ਦੇਗੀ ਤੇ ਇੱਕ ਉਂਗਲ ਜਿਹੜੀ ਹੈ ਅੱਧੀ ਪੱਲੇ ਦੇ ਥਲੇ ਘੋਰ ਹੋਏਗੀ ਤੇ ਅੱਧੀ ਜਿਹੜੀ ਹੈ ਨੋਰਮਲ ਦਿਖਾਈ ਦੇਗੀ ਜਿਹੜੇ 5 ਪੱਲੇ ਵਾਲੀ ਪੱਗ ਬੰਨਦੇ ਨੇ ਵੀਰ ਉਹ ਜਿਹੜਾ 2 ਉਂਗਲਾਂ ਦਾ ਗੈਪ ਰੱਖ ਸਕਦੇ ਨੇ ਜੇ 6 ਪੱਲੇ ਵਾਲੀ ਜਿਹੜੀ ਪੱਗ ਬੰਨਦੇ ਵੀਰ ਉਹ 2 ਉਂਗਲ ਦਾ ਗੈਪ ਰੱਖਣਗੇ ਤਾਂ ਉਹਨਾਂ ਦੀ ਜਿਹੜੀ ਪੱਗ ਹੈ ਪ੍ਰੋਪਰਲੀ ਪਟੇਲਾ ਸ਼ੇਪ ਦੇ ਵਿੱਚ ਚੱਲ ਜੇਗੀ ਹੁਣ ਜਿਹੜੇ ਵਟ ਹੈ ਇਸ ਤਰੀਕੇ ਨਾਲ ਫਰੋਲ ਕੇ ਜੇ ਤੁਸੀਂ ਰੱਖਦੇ ਜਾਓਗੇ ਤਾਂ ਜਿਹੜੇ ਅਖੀਰ ਤੇ ਜਦੋਂ ਤੁਸੀਂ ਵਟ ਸੰਗਣੇ ਕਰਦੇ ਨੇ ਜਾਂ ਜਦੋਂ ਅਖੀਰ ਤੇ ਜਿਹੜੀ ਪੱਗ ਨੂੰ ਪ੍ਰੋਪਰਲੀ ਜਿਹੜਿਆ ਸ਼ੇਪ ਦੇ ਵਿੱਚ ਲਿਆਉਣਾ ਹੈ ਤਾਂ ਉਦੋਂ ਜਿਹੜੀ ਤੁਹਾਡੀ ਆਸਾਨੀ ਆਏਗੀ ਤੁਹਾਨੂੰ ਪੱਗ ਬੰਨਦੇ ਸਮੇਂ ਪੱਗ ਸੁੱਕੀ ਬਨੋਂਗੇ ਤਾਂ ਜਿਹੜੀ ਇਹ ਵਟ ਹੈ ਹੋਰ ਆਸਾਨੀ ਦੇ ਨਾਲ ਉਹਦੇ ਨਾਲ ਜਿਹੜੀ ਤੁਹਾਡੀ ਪੂਣੀਆ ਖੁੱਲੇ ਕਿਉਂ ਨਹੀਂ ਜਿਹੜੇ ਵੀਰਾਂ ਨੇ ਬੈਕ ਸਾਈਡ ਟਰਬਨ ਟਿਊਟੋਰੀਅਲ ਦਾ ਲਿੰਕ ਨਹੀਂ ਦੇ ਵੀਡੀਓ ਨਹੀਂ ਦੇਖੀ ਉਹਦਾ ਲਿੰਕ ਵੀ ਤੁਹਾਨੂੰ ਡਿਸਕ੍ਰਿਪਸ਼ਨ ਦੇ ਵਿੱਚ ਮਿਲ ਜੇਗਾ ਤੁਸੀਂ ਉੱਥੇ ਜਾ ਕੇ ਦੇਖ ਸਕਦੇ ਹੋ ਹੁਣ ਦੇਖੋ ਸੱਜੀ ਸਾਈਡ ਤੋਂ ਪੱਲਾ ਪੂਰਾ ਖੁੱਲਾ ਗਿਆ ਐ ਅੱਖ ਤੱਕ ਵੀ ਉੱਪਰਲੀ ਸਾਈਡ ਤੋਂ ਜਿਹੜਾ ਪਹਿਲਾਂ ਸੈੱਟ ਕਰੀਦਾ ਪੱਲੇ ਨੂੰ ਬੈਕ ਸਾਈਡ ਤੋਂ ਸੈੱਟ ਕਰਦੇ ਆਂ ਧੋਣ ਵਾਲੀ ਸਾਈਡ ਤੋਂ ਅੱਗੇ ਵਾਲੀ ਸਾਈਡ ਨੂੰ ਆਈਦਾ ਦੇਖੋ ਜੀ ਗੈਪ ਜਿਹੜਾ ਇੱਕ ਇੱਕ ਉਂਗਲ ਦਾ ਗੈਪ ਰੱਖਦੇ ਆਂ ਅਸੀਂ ਪੱਲੇ ਨੂੰ ਰੱਖਾਂਗੇ ਇਸ ਦੇ ਨਾਲ ਜਿਹੜੀ ਤੁਹਾਡੀ ਪੱਗ ਦੀ ਸ਼ੇਪ ਐ ਸੱਜੀ ਸਾਈਡ ਤੋਂ ਉਹ ਵੀ ਜਿਹੜੀ ਐ ਸੈਮੀ ਬਟੇਲਾ ਸ਼ੇਪ ਦੇ ਵਿੱਚ ਆਏਗੀ ਜੇ ਤੁਸੀਂ ਜਿਹੜੀ ਮੋਰਨੀ ਪੱਗ ਬਣਾਉਣਾ ਚਾਹੁੰਦੇ ਹੋ ਤਾਂ ਜਿਹੜਾ ਗੈਪ ਹੈ ਤੁਸੀਂ ਘੱਟ ਰੱਖ ਸਕਦੇ ਹੋ ਇਸ ਦਾ ਹੁਣ ਜਿਹੜਾ ਪਿੰਚ ਦੇਖੋ ਆਸਾਨੀ ਦੇ ਨਾਲ ਸਿਰਫ ਅੰਗੂਠੇ ਤੇ ਉਂਗਲ ਦੀ ਵਰਤੋਂ ਕਰਦੇ ਆ ਪਿੰਚ ਨੂੰ ਰੱਖ ਦੇਣਾ ਹੈ ਪੂਣੀ ਦੀ ਵਰਤੋਂ ਜਿਹੜੀ ਕਿਵੇਂ ਕਰਨੀ ਹੈ ਪੱਗ ਬੰਨ੍ਹਦੇ ਸਮੇਂ ਉਸ ਦਾ ਲਿੰਕ ਵੀ ਤੁਹਾਨੂੰ ਡਿਸਕ੍ਰਿਪਸ਼ਨ ਦੇ ਵਿੱਚ ਮਿਲ ਜਾਏਗਾ ਉਸ ਤੋਂ ਤੁਸੀਂ ਸਮਝ ਸਕਦੇ ਹੋ ਕਿ ਜਿਹੜੇ ਵੱਟ ਹੈ ਵੱਟਾਂ ਵਾਲੀ ਸਾਈਡ ਤੇ ਜਿਹੜਾ ਪੱਲਾ ਹੈ ਕਿਸ ਤਰੀਕੇ ਦੇ ਨਾਲ ਲੈ ਕੇ ਆਉਣਾ ਹੈ ਤਾਂ ਜੋ ਜਿਹੜੇ ਤੁਹਾਨੂੰ ਵੱਟ ਪਾਉਣ ਦੇ ਵਿੱਚ ਆਸਾਨੀ ਹੋਵੇ ਪਰ ਇਹ ਵਾਲੇ ਜਿਹੜੇ ਵਟ ਹੁੰਦੇ ਨੇ ਇਹ ਸਿਰਫ ਅਸੀਂ ਟੈਂਪਰੇਰੀ ਵਟ ਹੀ ਜ ਰੱਖਣੇ ਹੁੰਦੇ ਨੇ ਕਈ ਵੀਰ ਕੀ ਕਰ ਦਿੰਨੇ ਕਿ ਸੋਚਦੇ ਨੇ ਕਿ ਜਿਹੜਾ ਪੱਲਾ ਅਸੀਂ ਤਿਆਰ ਕਰਕੇ ਰੱਖਤਾ ਹੈ ਉਹਦੇ ਜਿਹੜੇ ਵਟ ਹੈ ਉਹ ਨਾਲ ਦੀ ਨਾਲ ਹੀ ਪਾ ਲਈਏ ਜੇ ਤੁਸੀਂ ਇਹ ਚੀਜ਼ ਕਰੋਗੇ ਤਾਂ ਜਿਹੜੀ ਆ ਤੁਹਾਡੀ ਪੱਗ ਬੰਨਣ ਦੇ ਵਿੱਚ ਇੱਕ ਤਾਂ ਤੁਹਾਨੂੰ ਟਾਈਮ ਵੱਧ ਲੱਗੇਗਾ ਤੇ ਜਿਹੜੀ ਇੱਕ ਆਪਣੀ ਜਿਹੜੀ ਸੈਟੀਸਫੈਕਸ਼ਨ ਵੀ ਹੁੰਦੀ ਹੈ ਉਹ ਪੂਰੀ ਨਹੀਂ ਮਿਲਦੀ ਸੋ ਤੁਸੀਂ ਕੋਸ਼ਿਸ਼ ਇਹੀ ਕਰਿਆ ਕਰੋ ਕਿ ਪਹਿਲਾਂ ਜਿਹੜੇ ਟੈਂਪਰੇਰੀ ਵਟ ਹੀ ਪਾਇਆ ਕਰੋ ਤੇ ਵੀਡੀਓ ਦੇ ਅਖੀਰਤ ਵੀਡੀਓ ਦੇ ਅਖੀਰਤ ਕਹਿ ਰਿਹਾ ਆ ਪੱਗ ਬੰਨ੍ਹ ਦੇ ਅਖੀਰਤ ਜਿਹੜੀ ਹੈ ਉਸ ਨੂੰ ਜਿਹੜੀ ਡੈਫੀਨੇਸ਼ਨ ਦਿਆ ਕਰੋ ਪੂਰੀ ਉਹਨੇ ਦੇਖੋ ਫਿਰ ਤੁਸੀਂ ਇਸੇ ਤਰੀਕੇ ਦੇ ਨਾਲ ਉੱਪਰ ਵਾਲੀ ਸਾਈਡ ਤੋਂ ਸੱਜੀ ਸਾਈਡ ਜਿਹੜੀ ਹੈ ਉੱਪਰ ਵਾਲੀ ਸਾਈਡ ਤੋਂ ਇੱਕ ਇੱਕ ਉਂਗਲ ਦਾ ਗੈਪ ਰੱਖਦੇ ਆ ਜਿਹੜਾ ਪੱਲਾ ਥੱਲੇ ਨੂੰ ਲੈ ਕੇ ਆਉਣਾ ਹੈ ਜਿਹੜੇ ਵੀਰਾਂ ਨੂੰ ਦਿੱਕਤ ਆਉਂਦੀ ਸੀ ਇਹ ਵਾਲੀ ਜਗ੍ਹਾ ਤੋਂ ਕਿ ਜਿਹੜੀ ਉਹਨਾਂ ਦਾ ਪੱਲਾ ਉਹਨਾਂ ਦੀ ਜਿਹੜੀ ਪੱਗ ਸੱਜੀ ਸਾਈਡ ਤੋਂ ਜ਼ਿਆਦਾ ਉੱਪਰ ਚਲ ਜਾਂਦੀ ਸੀ ਤੇ ਵੱਟਾਂ ਵਾਲੀ ਸਾਈਡ ਤੋਂ ਜਿਹੜੀ ਥੱਲੇ ਨੂੰ ਰਹਿ ਜਾਂਦੀ ਸੀ ਮੈਂ ਉਮੀਦ ਕਰਾਂਗਾ ਕਿ ਇਹ ਵਾਲੀ ਵੀਡੀਓ ਨੂੰ ਦੇਖਣ ਦੇ ਬਾਅਦ ਜਿਹੜੀ ਉਹਨਾਂ ਦੀ ਉਹ ਦਿੱਕਤ ਹੈ ਉਹ ਦੂਰ ਹੋ ਜਾਣੀ ਚਾਹੀਦੀ ਹੈ ਸੋ ਇੱਕ ਵਾਰੀ ਮੈਂ ਫਿਰ ਤੁਹਾਨੂੰ ਦੱਸ ਦੇਣਾ ਚਾਹੁੰਦਾ ਕਿ ਜਿਹੜੇ ਵੀ ਵੀ ਸਾਡੇ ਚੈਨਲ ਦੇ ਨਾਲ ਨਵੇਂ ਜੁੜੇ ਨੇ ਦੇਖੋ ਜੀ ਇਹ ਵਾਲੀ ਜਗ੍ਹਾ ਤੋਂ ਡੇਢ ਉਂਗਲ ਦਾ ਗੈਪ ਇਸ ਤਰੀਕੇ ਨਾਲ ਮੈજર ਕਰਨਾ ਇੱਕ ਉਂਗਲ ਪੂਰੀ ਬਾਅਦ ਦਿਖਾਈ ਦੇ ਰਹੀ ਹੈ ਤੇ ਜਿਹੜੀ ਇੱਕ ਉਂਗਲ ਹੈ ਉਹ ਅੱਧੀ ਪੱਲੇ ਦੇ ਥੱਲੇ ਤੇ ਅੱਧੀ ਜਿਹੜੀ ਬਾਅਦ ਦਿਖਾਈ ਦੇ ਰਹੀ ਹੈ ਇਸ ਤਰੀਕੇ ਨਾਲ ਡੇਢ ਉਂਗਲ ਦਾ ਗੈਪ ਤੁਸੀਂ ਮੈજર ਕਰ ਸਕਦੇ ਹੋ ਸੋ ਪ੍ਰੈਕਟਿਸ ਦੇ ਨਾਲ-ਨਾਲ ਤੁਹਾਨੂੰ ਆਪਣੇ ਆਪ ਹੀ ਅੰਦਾਜ਼ਾ ਹੋ ਜਾਏਗਾ ਕਿ ਡੇਢ ਉਂਗਲ ਦਾ ਗੈਪ ਕਿੰਨਾ ਹੁੰਦਾ ਹੈ ਜਿਹੜੇ ਪੰਜ ਪੱਲਿਆਂ ਵਾਲੀ ਬੰਦਦੇ ਨੇ ਉਹ ਡੇਢ ਉਂਗਲ ਤੇ ਦੋ ਉਂਗਲ ਦਾ ਗੈਪ ਵੀ ਰੱਖ ਸਕਦੇ ਨੇ ਦੋ ਉਂਗਲ ਦਾ ਮੈਂ ਤਾਂ ਕਿਹਾ ਕਿਉਂਕਿ ਜਿਹੜੀ ਪੱਗ ਦੀ ਲੁੱਕ ਹੈ ਉਹ ਪੱਗ ਦੀ ਜਿਹੜੀ ਸ਼ੇਪ ਹੈ ਉਹ ਜਿਹੜੀ ਵਧੀਆ ਦਿਖਾਈ ਦੇਗੀ ਜੇ ਡੇਢ ਉਂਗਲ ਦਾ ਰੱਖਣਗੇ ਤਾਂ ਜਿਹੜੀ ਛੋਟੀ ਪੱਗ ਲੱਗੇਗੀ ਉਹਨਾਂ ਦੀ ਪੰਜ ਪੱਲਿਆਂ ਦੇ ਵਿੱਚ ਵੀ ਦੋ ਉਂਗਲ ਦਾ ਰੱਖਾਂਗੇ ਤੇ ਜਿਹੜੀ ਸ਼ੇਪ ਹੈ ਉਹ ਵੀ ਜਿਹੜੀ ਵਧੀਆ ਦਿਖਾਈ ਦੇਗੀ ਤੇ ਵੱਡੀ ਪੱਗ ਦਿਖਾਈ ਦੇਗੀ ਥੋੜੀ ਹੁਣ ਦੇਖੋ ਫਿਰ ਤੋਂ ਜਿਹੜਾ ਅੱਖ ਤੱਕ ਵੀ ਖੋਲਿਆ ਗਿਆ ਪੱਲੇ ਨੂੰ ਸੱਜੀ ਸਾਈਡ ਤੋਂ ਤੇ ਉੱਪਰ ਵਾਲੀ ਸਾਈਡ ਤੋਂ ਫਿਰ ਤੋਂ ਇੱਕ ਇੱਕ ਉਂਗਲ ਦਾ ਗੈਪ ਦੇਖੋ ਜੀ ਸਾਰਿਆਂ ਸੈਮੀ ਪਟੇਲਾ ਲੁੱਕ ਨਹੀਂ ਦੇਣਾ ਚਾਹੁੰਦੇ ਪੱਗ ਨੂੰ ਤਾਂ ਤੁਸੀਂ ਜਿਹੜਾ ਅੱਧਾ ਉਂਗਲ ਦਾ ਗੈਪ ਰੱਖ ਸਕਦੇ ਹੋ ਜੇ ਪ੍ਰੋਪਰਲੀ ਪਟੇਲਾ ਸ਼ਾਈ ਲੁੱਕ ਦਾ ਪ੍ਰੋਪਰਲੀ ਪਟੇਲਾ ਲੁੱਕ ਦੇਣਾ ਚਾਹੁੰਦੇ ਹੋ ਤਾਂ ਦੋ ਉਂਗਲ ਦਾ ਹੁਣ ਇਹ ਵਾਲਾ ਪਿੰਚ ਇਸ ਤਰੀਕੇ ਦੇ ਨਾਲ ਵੀ ਲੱਗ ਸਕਦਾ ਹੈ ਕਿ ਅੰਗੂਠੇ ਦੇ ਨਾਲ ਪੱਲੇ ਨੂੰ ਘੁਮਾ ਕੇ ਚਾਹੇ ਜਿਵੇਂ ਚਾਹੀ ਜਿਵੇਂ ਅਸੀਂ ਪਹਿਲਾਂ ਪਿੰਚ ਲਗਾਏ ਉਸ ਤਰੀਕੇ ਦੇ ਨਾਲ ਵੀ ਲਗਾ ਸਕਦੇ ਆ ਇਸ ਤਰੀਕੇ ਨਾਲ ਸਿੰਪਲ ਸੋ ਇਹ ਵਾਲੇ ਪੱਲੇ ਦੇ ਵਿੱਚ ਕਪੜਾ ਕੱਟਣ ਕਰਕੇ ਵੱਟ ਪਾਉਣ ਦੇ ਵਿੱਚ ਦਿੱਕਤ ਆਉਂਦੀ ਆ ਅਖੀਰ ਤੇ ਕਈ ਵੀਰਾਂ ਨੂੰ ਸੋ ਇਸ ਤਰੀਕੇ ਦੇ ਨਾਲ ਇਸ ਦੀ ਜਿਹੜੀ ਆ ਆਪਣਾ ਪੱਲਾ ਰੱਖਣ ਤੋਂ ਪਹਿਲਾਂ ਹੀ ਇਹ ਵਾਲੀ ਜਗ੍ਹਾ ਤੇ ਦੋ ਤਿੰਨ ਵੱਟ ਪਾ ਲੈਣੇ ਹੁੰਦੇ ਨੇ ਤਾਂ ਜੋ ਅਖੀਰ ਤੇ ਅਸੀਂ ਵੱਟ ਸੰਘਣੇ ਕਰਨੇ ਨੇ ਤਾਂ ਉਸ ਸਮੇਂ ਜਿਹੜੀ ਸਾਨੂੰ ਕੋਈ ਦਿੱਕਤ ਪੇਸ਼ ਨਾ ਆਵੇ ਸਾਡੀ ਜਿਹੜੀ ਪੱਗ ਹੈ ਆਲਮੋਸਟ ਵੱਜ ਕੇ ਤਿਆਰ ਹੋ ਗਈ ਹੈ ਹੁਣ ਜੋ ਹੈ ਅਸੀਂ ਇਸ ਨੂੰ ਜਿਹੜਾ ਹੈ ਪ੍ਰੋਪਰਲੀ ਸ਼ੇਪ ਦੇ ਵਿੱਚ ਲੈ ਕੇ ਆਉਣਾ ਹੈ ਇਸ ਦੀ ਜਿਹੜੀ ਕਮੀਆਂ ਪੇਸ਼ੀਆਂ ਉਸ ਨੂੰ ਦੂਰ ਕਰਨਾ ਹੈ ਹੁਣ ਜਿਹੜਾ ਅਖੀਰਲਾ ਲੜ ਲਗਾਉਣਾ ਹੈ ਅਖੀਰਲਾ ਲੜ ਚਾਹੇ ਤੁਸੀਂ ਸਿੱਧਾ ਲਗਾਓ ਚਾਹੇ ਤੁਸੀਂ ਕਲਗੀ ਲੜ ਲਗਾਓ ਚਾਹੇ ਤੁਸੀਂ ਟੇਢੀ ਮੋਰਨੀ ਲਗਾਓ ਇਹ ਤੁਹਾਡੇ ਉੱਪਰ ਡਿਪੈਂਡ ਕਰਦਾ ਕਿ ਕਿਵੇਂ ਲਗਾਉਣਾ ਹੈ ਇਹ ਵਾਲਾ ਪੱਲਾ ਇਹ ਵਾਲਾ ਪੱਲਾ ਅਸੀਂ ਇਸ ਵੀਡੀਓ ਦੇ ਵਿੱਚ ਜਿਹੜਾ ਤੁਹਾਨੂੰ ਸਿੱਧਾ ਪੱਲਾ ਲਗਾ ਕੇ ਦਿਖਾਵਾਂਗੇ ਇਸ ਤਰੀਕੇ ਨਾਲ ਜਿਆਦਾ ਪੱਲਾ ਨਹੀਂ ਖੋਲਣਾ ਆਪਣਾ ਸਾਫ ਵਾਲੇ ਪਾਸਿਓਂ ਵੀ ਜਿਆਦਾ ਪੱਲਾ ਖੋਲੋਗੇ ਤਾਂ ਜਿਹੜਾ ਜਿੱਥੇ ਆਪਣਾ ਟਵਿਸਟ ਕਰਕੇ ਥੋੜਾ ਜਿਹਾ ਇਹ ਵਾਲੀ ਜਗ੍ਹਾ ਤੋਂ ਪੱਲਾ ਲਗਾਉਣਾ ਹੈ ਤੇ ਉਹਦੇ ਵਿੱਚ ਥੋੜੀ ਦਿੱਕਤ ਆਉਂਦੀ ਹੈ ਇਹ ਵਾਲੀ ਜਗ੍ਹਾ ਤੇ ਜਿੱਥੇ ਉਂਗਲ ਲਗਾਈ ਗਈ ਹੋਣਾ ਇਹ ਵਾਲੀ ਜਗ੍ਹਾ ਤੋਂ ਦਿੱਕਤ ਆਉਂਦੀ ਜੇ ਜਿਆਦਾ ਪੱਲਾ ਖੋਲ ਲਿਆ ਜਾਵੇ ਤਾਂ ਸੋ ਤੁਸੀਂ ਕੋਸ਼ਿਸ਼ ਕਰਨੀ ਹੈ ਕਿ ਚਾਰ ਜਾਂ ਪੰਜ ਉਂਗਲਾਂ ਹੀ ਪਿਛਲੀ ਵਾਲੀ ਸਾਈਡ ਤੋਂ ਖੋਲਦੇ ਹੋਏ ਪੱਲੇ ਨੂੰ ਇਹ ਵਾਲੀ ਜਗ੍ਹਾ ਤੇ ਲਿਆ ਕੇ ਲਗਾ ਦੇਣਾ ਹੈ ਦੇਖੋ ਜੀ ਇਸ ਤਰੀਕੇ ਦੇ ਨਾਲ ਜਿਹੜੀ ਇਹ ਪੱਗ ਸਾਡੀ ਆਲਮੋਸਟ ਬੱਜ ਕੇ ਤਿਆਰ ਹੋ ਚੁੱਕੀ ਹੈ ਹੁਣ ਜਿਹੜੀ ਆ ਆਪਣਾ ਸਿਰ ਨੂੰ ਕੱਜਾਂਗੇ ਉਸਦੇ ਬਾਅਦ ਜਿਹੜੇ ਵਾਟੇ ਉਹਨਾਂ ਨੂੰ ਸੰਗਨੇ ਕਰਾਂਗੇ ਵੀਰ ਮੈਨੂੰ ਕਹਿੰਦੇ ਸੀ ਕਿ ਜਿਹੜੇ ਬੈ ਉਹ ਜਿਹੜੇ ਉੱਪਰ ਵਾਲੀ ਸਾਈਡ ਤੋਂ ਸੱਜੇ ਸਾਈਡ ਤੋਂ ਉਹ ਲਈ ਵੀ ਜਿਹੜੇ ਅੱਜ ਵੀਡੀਓ ਦੇ ਵਿੱਚ ਤੁਹਾਨੂੰ ਕਵਰ ਕਰਕੇ ਦਿਖਾਵਾਂਗੇ ਜਿਹੜੇ ਵੀਰ ਚੈਨਲ ਦੇ ਨਾਲ ਨਵੇਂ ਜੁੜੇ ਨੇ ਵੀਡੀਓ ਨੂੰ ਜੋ ਹੈ ਦੇਖਣ ਤੋਂ ਬਾਅਦ ਸਬਸਕ੍ਰਾਈਬ ਜਰੂਰ ਕਰ ਲੈਣਾ ਵੀਡੀਓ ਚੰਗੀ ਲੱਗੀ ਲਾਈਕ ਜਰੂਰ ਕਰ ਦਿਓ ਕਮੈਂਟ ਕਰਕੇ ਦੱਸ ਦੇਣਾ ਤੁਹਾਡੇ ਜ਼ਿਹਨ ਦੇ ਵਿੱਚ ਕੋਈ ਸਵਾਲ ਹੋਵੇ ਤਾਂ ਜੋ ਮੈਨੂੰ ਇੰਸਟਾਗ੍ਰam ਤੇ ਤੁਸੀਂ ਡੀਐਮ ਕਰ ਸਕਦੇ ਹੋ ਇੰਸਟਾਗ੍ਰam ਦਾ ਲਿੰਕ ਤੁਹਾਨੂੰ ਡਿਸਕ੍ਰਿਪਸ਼ਨ ਦੇ ਵਿੱਚ ਹੀ ਮਿਲ ਜੇਗਾ ਹੁਣ ਜੋ ਹੈ ਬਾਜ ਦੀ ਵੱਰ ਤੋਂ ਬਾਅਦ ਵਿੱਚ ਕਰਨੀ ਹੈ ਪਹਿਲਾਂ ਜੋ ਹੈ ਉਂਗਲਾਂ ਦੀ ਵਰਤੋਂ ਦੇ ਨਾਲ ਜਿਹੜਾ ਸ਼ਾਤ ਨੂੰ ਕਵਰ ਕਰਨਾ ਹੈ ਇਸ ਵੀਡੀਓ ਦੇ ਵਿੱਚ ਜੋ ਹੈ ਮੇਰੇ ਕੋਲ ਸ਼ ਜਿਸ ਦੇ ਨਾਲ ਕੀ ਹੈ ਮੈਂ ਆਪਣਾ ਉੱਪਰ ਵਾਲੀ ਸਾਈਡ ਤੋਂ ਪੱਲਿਆਂ ਦੀ ਸਫਾਈ ਕਰਦਾ ਹਾਂ ਇਹ ਦੇਖ ਸਕਦਾ ਇਸ ਕਰਕੇ ਅੰਦਾਜ਼ੇ ਦੇ ਨਾਲ ਜਿਹੜੀ ਹੈ ਪੱਲਿਆਂ ਦੀ ਸਫਾਈ ਕੀਤੀ ਹੈ ਸੋ ਬਸ ਤੁਹਾਨੂੰ ਸਮਝਾਉਣ ਵਾਸਤੇ ਕੀਤੀ ਹੈ ਕਿ ਜਿਹੜੇ ਪੱਲਿਆਂ ਦੀ ਸਫਾਈ ਕਿਸ ਤਰੀਕੇ ਨਾਲ ਕਰਨੀ ਹੁੰਦੀ ਹੈ ਫਰੰਟ ਵਾਲੀ ਸਾਈਡ ਤੋਂ ਬਾਜ ਦਿਨ ਫਿਰਦੇ ਹਾਂ ਬੈਕ ਵਾਲੀ ਸਾਈਡ ਤੋਂ ਲੈ ਕੇ ਜਾਇਆ ਕਰਿਓ ਇਸ ਤਰੀਕੇ ਨਾਲ ਜਿੱਧਰ ਨੂੰ ਬੈਕ ਲੋਕ ਲੱਗਦਾ ਹੈ ਜੇ ਵਾਲੀ ਜਗ੍ਹਾ ਤੋਂ ਇਹ ਵਾਲੀ ਜਗ੍ਹਾ ਤੋਂ ਉਹ ਵਾਲੀ ਸਾਈਡ ਨੂੰ ਜਿਹੜਾ ਹੈ ਬਾਜ ਦੀ ਵਰਤੋਂ ਨਾਲ ਬੱਟਾ ਨੂੰ ਖਿੱਚਦੇ ਜਾਇਆ ਕਰੋ ਇਸ ਤਰੀਕੇ ਨਾਲ ਇਦੇ ਨਾਲ ਕੀ ਹੈ ਤੁਹਾਡਾ ਉੱਪਰ ਵਾਲੀ ਸਾਈਡ ਤੋਂ ਜਿਹੜੇ ਪੱਲੇ ਸਾਫ਼ ਹੋ ਜਾਂਦੇ ਨੇ ਵੈਸੇ ਵੀ ਇਹ ਵਟਾਂ ਵਾਲੀ ਪੱਗ ਹੈ ਜਿਆਦਾ ਨਾ ਸਾਫ਼ ਕਰੋਗੇ ਤਾਂ ਕੋਈ ਦਿੱਕਤ ਪੇਸ਼ ਨਹੀਂ ਆਏਗੀ ਪਰ ਫਿਰ ਵੀ ਜਿਹੜੇ ਵੀ ਚਾਹੁੰਦੇ ਨੇ ਕਿ ਸਾਫ਼ ਕਰਨੇ ਹੁੰਦੇ ਨੇ ਉਹ ਵਾਲੀ ਉੱਪਰਲੀ ਉੱਪਰ ਵਾਲੀ ਸਾਈਡ ਤੋਂ ਪੱਲੇ ਉਹ ਇਸ ਤਰੀਕੇ ਦੇ ਨਾਲ ਪੱਲਿਆਂ ਨੂੰ ਬੈਕ ਸਾਈਡ ਨੂੰ ਖਿੱਚਦੇ ਜਾਇਆ ਕਰੋ ਬਾਜ ਦੀ ਵਰਤੋਂ ਦੇ ਨਾਲ ਦੇਖੋ ਜੀ ਉੱਪਰ ਵਾਲੀ ਸਾਈਡ ਤੋਂ ਦੇਖ ਸਕਦੇ ਆ ਕਿ ਇੱਕ ਗੁੰਗਲ ਦਾ ਜਿਹੜਾ ਗੈਪ ਹੈ ਉਹ ਮੇਨਟੇਨ ਰੱਖਿਆ ਹੈ ਆਪਾਂ ਹੁਣ ਜਿਹੜੀ ਜਗ੍ਹਾ ਤੇ ਵਾਟਰ ਇਸ ਇਕੱਠੇ ਕੀਤੇ ਨੇ ਉਹ ਵਾਲੀ ਜਗ੍ਹਾ ਨੂੰ ਸਾਰੀ ਨੂੰ ਕਵਰ ਕਰ ਦਿਆਂ ਜਿਹੜਾ ਬੈਕ ਲੋਗ ਲਗਾ ਲੈਣਾ ਹੈ ਪੱਗ ਦਾ ਸੋ ਹੁਣ ਬੈਗ ਲੋਕੋ ਨੂੰ ਲਗਾਉਣ ਦੇ ਬਾਅਦ ਹੁਣ ਜਿਹੜੇ ਵਟੇ ਅਸੀਂ ਉਹ ਜਿਹੜੇ ਸੰਗਣੇ ਕਿਵੇਂ ਕਰਨੇ ਨੇ ਉਹ ਤੁਹਾਨੂੰ ਇਸ ਵੀਡੀਓ ਦੇ ਵਿੱਚ ਕਵਰ ਕਰਕੇ ਦਿਖਾਵਾਂਗੇ ਹੁਣ ਜਿਹੜੀ ਕਮੀ ਪੇਸ਼ੀਆਂ ਉਸ ਨੂੰ ਪਹਿਲਾਂ ਤਾਂ ਬਾਜ ਦੀ ਵਰਤੋਂ ਦੇ ਨਾਲ ਤੁਸੀਂ ਦੂਰ ਕਰ ਲੈਣਾ ਜਿੱਥੋਂ ਤੁਹਾਨੂੰ ਅੱਖ ਖਿੱਚੀ ਹੋਈ ਦਿਖਾਈ ਦੇਵੇ ਚਾਹੇ ਕੰਨ ਸਾਡੇ ਟਾਈਟ ਹੋਏ ਦਿਖਾਈ ਦੇਣ ਉਹਨਾਂ ਨੂੰ ਦੂਰ ਕਰ ਲੈਣਾ ਹੁਣ ਦੇਖੋ ਜੀ ਅਸੀਂ ਸੂਈ ਦੀ ਵਰਤੋਂ ਦੇ ਨਾਲ ਜਿਹੜੀ ਹੈ ਉਹ ਵਟਾਂ ਨੂੰ ਸੰਗਣੇ ਕਰ ਰਹੇ ਹਾਂ ਤੁਸੀਂ ਜੋ ਹੈ ਪੱਗ ਪੈਂਦੀ ਵਰਤੋਂ ਵੀ ਕਰ ਸਕਦੇ ਹੋ ਚਾਹੇ ਤੁਸੀਂ ਪਤਲੇ ਬਾਜ ਦੀ ਵਰਤੋਂ ਵੀ ਕਰ ਸਕਦੇ ਹੋ ਜਿਹੜਾ ਬਰੀਕ ਬਾਜ ਹੁੰਦਾ ਹੈ ਫਰੰਟ ਸਾਈਡ ਤੋਂ ਜਿੰਨਾ ਤੁਸੀਂ ਵਟਾਂ ਦੇ ਵਿੱਚ ਇਸ ਨੂੰ ਫੇਰਦੇ ਜਾਓਗੇ ਉਹਨੇ ਜਿਹੜੇ ਤੁਹਾਡੇ ਵਟੇ ਨਿਖਰ ਕੇ ਸਾਹਮਣੇ ਆਉਂਦੇ ਜਾਣਗੇ ਜੇ ਮੰਨ ਲਓ ਤੁਸੀਂ 10 ਮਿੰਟ ਪੱਗ ਮੰਨਣ ਤੇ ਲਗਾਉਂਦੇ ਹੋ ਤਾਂ 2 ਜਾਂ 3 ਮਿੰਟ ਜੇ ਤੁਸੀਂ ਵਟ ਸੰਘਣੇ ਕਰਨ ਤੇ ਲਗਾਓਗੇ ਤਾਂ ਤੁਹਾਡੀ ਜਿਹੜੀ ਪੱਗ ਹੈ ਉਹਦੀ ਲੁੱਕ ਜਿਹੜੀ ਜ਼ਿਆਦਾ ਨਿਖਰ ਕੇ ਸਾਹਮਣੇ ਆਏਗੀ ਵੀਡੀਓ ਦੇ ਵਿੱਚ ਅਖੀਰ ਤੈ ਤੁਸੀਂ ਦੇਖਣਾ ਕਿ ਜਿਹੜੀ ਹੈ ਪੱਗ ਦੇ ਥੱਲੇ ਸਾਡਾ ਬੇਸ ਤੇ ਨਹੀਂ ਸੀ ਕੋਈ ਆਪਣਾ ਵੱਡਾ ਬੇਸ ਰੱਖਿਆ ਸਿਰਫ ਜਿਹਾ 0.80 ਮੀਟਰ ਦਾ ਹੀ ਰੱਖਿਆ ਸੀ ਸੋ ਫਿਰ ਵੀ ਉਸ ਦੇ ਬਾਵਜੂਦ ਵੀ ਜਿਹੜੀ ਪੱਗ ਦੀ ਜੜੀ ਹੈ ਫਲਾਵਟ ਜਿਹੜੀ ਆ ਸਹੀ ਆਈ ਹੈ ਮੈਂ ਉਮੀਦ ਕਰਾਂਗਾ ਕਿ ਜਿਹੜੇ ਵੀਰਾਂ ਨੂੰ ਦਿੱਕਤ ਆਉਂਦੀ ਹੈ ਵੱਡੇ ਬੇਜ ਦੇ ਨਾਲ ਉਹ ਇਸ ਤਰੀਕੇ ਦੇ ਨਾਲ ਪੱਗ ਬੰਨ ਲੈਣ ਤਾਂ ਉਹਨਾਂ ਦੀ ਜਿਹੜੀ ਉਹ ਵੀ ਦਿੱਕਤ ਹੈ ਦੂਰ ਹੋ ਜਾਏਗੀ ਹੁਣ ਦੇਖੋ ਇਸ ਤਰੀਕੇ ਨਾਲ ਵਟ ਜਿਹੜੇ ਸੰਗਣੇ ਕਰਦੇ ਜਾਣਾ ਇੱਕ ਵਾਰੀ ਮੈਂ ਫਿਰ ਤੋਂ ਤੁਹਾਨੂੰ ਯਾਦ ਕਰਾ ਦੇਣਾ ਚਾਹੁੰਦਾ ਕਿ ਜਿਹੜੇ ਵੀਰਾਂ ਨੂੰ ਦਿੱਕਤ ਹੁੰਦੀ ਹੈ ਕਿ ਸੱਜੀ ਸਾਈਡ ਤੋਂ ਉਹਨਾਂ ਦੀ ਪੱਗ ਜਿਹੜੀ ਜ਼ਿਆਦਾ ਉੱਚੀ ਰਹਿੰਦੀ ਹੈ ਉਹ ਵੀਰ ਸੱਜੀ ਸਾਈਡ ਤੋਂ ਇੱਕ ਇੱਕ ਉਂਗਲ ਦਾ ਗੈਪ ਰੱਖਦੇ ਆ ਥੱਲੇ ਨੂੰ ਪੱਲਾ ਲੈ ਕੇ ਆਉਣਗੇ ਤੇ ਖੱਬੀ ਸਾਈਡ ਜਿਹੜੀ ਵਟਾਂ ਵਾਲੀ ਸਾਈਡ ਹੈ ਉਸ ਦੇ ਵਿੱਚ ਪਹਿਲਾ ਤੇ ਦੂਸਰਾ ਪੱਲੇ ਦੇ ਵਿੱਚ ਇੱਕ ਉਂਗਲ ਉਸ ਦੇ ਬਾਅਦ ਜਿਹੜਾ ਡੇਢ ਉਂਗਲ ਦਾ ਗੈਪ ਘੱਟੋ ਘੱਟ ਜਿਹੜਾ ਰੱਖਣਾ ਹੈ ਚਾਹੇ ਤੁਸੀਂ ਆਪਣੀ ਮਰਜ਼ੀ ਦੇ ਨਾਲ ਦੋ ਉਂਗਲ ਢਾਈ ਉਂਗਲ ਵੀ ਰੱਖ ਸਕਦੇ ਹੋ ਗੈਪ ਪਰ ਜਿਹੜਾ ਘੱਟੋ ਘੱਟ ਜਿਹੜਾ ਗੈਪ ਹੈ ਉਹ ਤੁਸੀਂ ਇੱਕ ਉਂਗਲ ਦਾ ਗੈਪ ਰੱਖਣਾ ਹੈ ਸੋ ਮੈਂ ਉਮੀਦ ਕਰਾਂਗਾ ਕਿ ਅੱਜ ਦੀ ਵੀਡੀਓ ਤੁਹਾਡੇ ਲਈ ਜਿਹੜੀ ਹੈ ਕਾਰਗਰ ਸਾਬਿਤ ਹੋਏਗੀ ਇਸੇ ਤਰੀਕੇ ਦੇ ਨਾਲ ਇਸ ਚੈਨਲ ਤੋਂ ਜੋ ਹੈ ਤੁਹਾਡੇ ਵਾਸਤੇ ਵੀਡੀਓ ਜੋ ਹੈ ਨਵੇਂ-ਨਵੇਂ ਲੈ ਕੇ ਆਉਂਦੇ ਰਹਾਂਗੇ ਕਮੈਂਟ ਕਰਕੇ ਜਰੂਰ ਦੱਸਣਾ ਕਿ ਵੀਡੀਓ ਕਿਵੇਂ ਦੀ ਲੱਗੀ ਹੈ ਆਪਣਾ ਕੋਈ ਵੀ ਸਵਾਲ ਹੋਵੇ ਤੁਹਾਡਾ ਤੇ ਇੰਸਟਾਗ੍ਰam ਤੇ ਮੈਨੂੰ ਡੀਐਮ ਕਰ ਦੇਣਾ ਉਸ ਦਾ ਲਿੰਕ ਜੋ ਹੈ ਡਿਸਕ੍ਰਿਪਸ਼ਨ ਬਾਕਸ ਸੋ ਵੀਡੀਓ ਨੂੰ ਲਾਈਕ ਕਰ ਦੇਣਾ ਜੇ ਚੰਗੀ ਲੱਗੀ ਹੈ ਜਿਹੜੇ ਵੀ ਨਵੇਂ ਜੁੜੇ ਨੇ ਚੈਨਲ ਨਾਲ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਜਲਦੀ ਮਿਲਾਂਗੇ ਨਵੀਂ ਵੀਡੀਓ ਦੇ ਨਾਲ ਉਹ ਤੱਕ ਲਈ ਸਾਨੂੰ ਦਿਓ ਇਜਾਜ਼ਤ ਹੁਣ ਦੇਖੋ ਜੀ ਇਸ ਤਰੀਕੇ ਨਾਲ ਜਿਹੜੀ ਪੱਕੀ ਸ਼ੇਪ ਹੈ ਦਿਖਾਈ ਦੇਗੀ ਜਲਦੀ ਮਿਲਾਂਗੇ ਨਵੀਂ ਵੀਡੀਓ ਦੇ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ